ਬੀਤੀ 26 ਸਤੰਬਰ ਨੂੰ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਉਮਰਪੁਰਾ ਦੇ ਇੱਕ ਪਰਿਵਾਰ ਦੇ 8 ਜੀਅ ਇੱਕ ਕਾਰ ਵਿੱਚ ਸਵਾਰ ਹੋ ਕੇ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਰਹੇ ਸੀ, ਜਿੱਥੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਜੰਡਵਾਲਾ ਦੇ ਨਜ਼ਦੀਕ ਲੱਗਦੀ ਗੰਗ ਕਨੈਲ ਨਹਿਰ ਵਿੱਚ ਕਾਰ ਡਿੱਗਣ ਦੇ ਕਾਰਨ ਕਾਰ ਦੇ ਵਿੱਚ ਸਵਾਰ 7 ਜੀਆਂ ਦੀ ਮੌਤ ਹੋ ਗਈ ਸੀ ਅਤੇ ਇਸੇ ਹੀ ਕਾਰ ਦੇ ਵਿੱਚ ਸਵਾਰ ਪਰਿਵਾਰ ਦਾ 8ਵਾਂ ਜੀ ਬਲਵਿੰਦਰ ਸਿੰਘ ਨਾਮ ਦਾ ਆਦਮੀ ਪਾਣੀ ਵਿੱਚੋਂ ਤੈਰ ਕੇ ਬਾਹਰ ਆ ਗਿਆ ਸੀ। ਪਰ ਹੁਣ ਇਸ ਕਹਾਣੀ ਦੇ ਵਿੱਚ ਇੱਕ ਨਵਾਂ ਮੋੜ ਆਇਆ, ਜਿੱਥੇ ਇਸ ਵਾਰਦਾਤ ਦਾ ਖੁਲਾਸਾ ਹੋਣ ਤੋਂ ਬਾਅਦ ਜ਼ਿਲ੍ਹਾ ਫਾਜ਼ਿਲਕਾ ਸਬ ਡਿਵੀਜ਼ਨ ਦੇ DSP ਜਗਦੀਸ਼ ਕੁਮਾਰ ਨੇ ਦੱਸਿਆ ਕਿ ਇਸ ਕਾਰ ਦੇ ਵਿੱਚ ਸਵਾਰ 8ਵਾਂ ਆਦਮੀ ਬਲਵਿੰਦਰ ਸਿੰਘ ਬਚ ਗਿਆ ਸੀ, ਜਿਸ ਤੇ ਪਹਿਲਾਂ ਵੀ ਉਹਨਾਂ ਨੂੰ ਸ਼ੱਕ ਸੀ ਕਿ ਕਾਰ ਇਸ ਤਰ੍ਹਾਂ ਨਹਿਰ ਵਿੱਚ ਨਹੀਂ ਡਿੱਗ ਸਕਦੀ, ਜਿਸ ਤੇ ਉਹਨਾਂ ਵੱਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ ਅਤੇ ਇਸ ਹਾਦਸੇ ਵਿੱਚ ਬਚਣ ਵਾਲੇ ਆਦਮੀ ਦੇ ਭਰਾ ਦੇ ਸਹੁਰਾ ਪਰਿਵਾਰ ਵੱਲੋਂ ਵੀ ਉਹਨਾਂ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਇਸ ਹਾਦਸੇ ਵਿੱਚ ਬਚਣ ਵਾਲੇ ਬਲਵਿੰਦਰ ਸਿੰਘ ਤੇ ਉਹਨਾਂ ਨੂੰ ਸ਼ੱਕ ਹੈ, ਜਿਸ ਤੋਂ ਬਾਅਦ ਉਹਨਾਂ ਵੱਲੋਂ ਇਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਸ ਨੇ ਮੰਨਿਆ ਕਿ ਉਸਦੇ ਪਰਿਵਾਰਕ ਮੈਂਬਰ ਉਸਦੇ ਨਾਲ ਅਕਸਰ ਹੀ ਮਾਰ ਕੁਟਾਈ ਕਰਦੇ ਸੀ ਅਤੇ ਇਸ ਮਾਰ ਕੁਟਾਈ ਦੇ ਵਿੱਚ ਬੱਚੇ ਵੀ ਸ਼ਾਮਿਲ ਸੀ ਅਤੇ ਜਿਸ ਨੂੰ ਲੈ ਕੇ ਉਸ ਵਿੱਚ ਬਦਲੇ ਦੀ ਭਾਵਨਾ ਬਣ ਗਈ ਅਤੇ ਉਸਨੇ ਬਦਲਾ ਲੈਣ ਦੀ ਖਾਤਰ ਆਪਣੇ ਪੂਰੇ ਪਰਿਵਾਰ ਨੂੰ ਨਹਿਰ ਵਿੱਚ ਸੁੱਟ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਵਿੱਚ 7 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਉਸਦਾ ਸਖਾ ਭਰਾ ਭਰਜਾਈ ਅਤੇ ਉਸਦੇ ਬੱਚੇ, ਉਸਦੀ ਮਾਂ ਅਤੇ ਉਸਦਾ ਆਪਣਾ ਇੱਕ ਸਖਾ ਬੇਟਾ ਜੋ ਅੰਗਹੀਣ ਸੀ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਇਸ ਦੇ ਉੱਤੇ ਅਧੀਨ ਧਾਰਾ 300 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। 26 ਸਤੰਬਰ ਨੂੰ ਇੱਕ ਇੰਸੀਡੈਂਟ ਹੋਇਆ ਸੀ, ਗੰਗ ਕਨਾਲ ਨੇੜੇ ਜੰਡਾਲਾ ਮੀਰਾ ਸੰਗਲਾ ਕਾਰ ਜਿਹੜੀ ਸੈਂਟਰੋ ਸੀ ਨਹਿਰ 'ਚ ਡਿੱਗ ਪਈ ਸੀ, ਜਿਸ ਵਿੱਚ ਇੱਕ ਪਰਿਵਾਰ ਦੇ 7 ਜਿਹੜੇ ਸੀਗੇ ਜੀ ਸੀ ਜੀ 4 ਬੱਚੇ ਸੀ, 3 ਜੈਂਟਸ 2 ਲੇਡੀਜ਼ 1 ਜੈਂਟ ਸੀਗੇ, ਉਹ ਜਿਹੜੇ ਉਹ 'ਚ ਡੁੱਬ ਕੇ ਮਰ ਗਏ ਸੀ। ਇੱਕ ਬੰਦਾ ਬਲਵਿੰਦਰ ਸਿੰਘ ਨਾਂ ਦਾ ਵਿਅਕਤੀ ਬਾਹਰ ਆ ਗਿਆ ਸੀ, ਉਸਨੇ ਸਟੇਟਮੈਂਟ ਦਿੱਤੀ ਸੀ ਵੀ ਇਹ ਜਿਹੜੀ ਗੱਡੀ ਮੇਰਾ ਭਾਈ ਚਲਾ ਰਿਹਾ ਸੀ ਅਤੇ ਅਸੀਂ ਪਰਿਵਾਰ ਜਿਹੜਾ ਮੱਥਾ ਟੇਕਣ ਜਾ ਰਿਹਾ ਸੀ ਅਤੇ ਇੱਥੇ ਗੱਡੀ ਦਾ ਸਟੇਅਰਿੰਗ ਲੌਕ ਹੋ ਗਿਆ, ਮੈਂ ਜਿਹੜਾ ਸ਼ੀਸ਼ਾ ਤੋੜ ਕੇ ਬਾਹਰ ਨਿਕਲਿਆ ਅਤੇ ਬਾਕੀ ਪਰਿਵਾਰ ਜਿਹੜਾ ਵਿੱਚ ਟੁੱਟ ਗਿਆ। ਉਹ ਸਾਨੂੰ ਸ਼ੱਕ ਪੈਣ 'ਤੇ ਅਸੀਂ ਮੌਕੇ 'ਤੇ ਜਾ ਕੇ ਤਸਦੀਕ ਕੀਤਾ, ਉੱਥੇ ਉੱਦਾਂ ਡੈਮੋ ਕੀਤਾ ਵੀ ਗੱਡੀ ਲੌਕ ਹੋ ਕੇ ਮੁੜ ਸਕਦੀ ਜਾਂ ਨਹੀਂ ਮੁੜਦੀ, ਉੱਥੋਂ ਪਤਾ ਲੱਗਿਆ ਵੀ ਨਹੀਂ ਇਹ ਝੂਠ ਬੋਲਿਆ। ਕੁਛ ਫਿਰ ਇਹ ਵੈਰੀਫਾਈ ਹੋ ਗਿਆ ਵੀ ਗੱਡੀ ਜਿਹੜਾ ਇਹ ਨਹੀਂ ਸੀ, ਮਤਲਬ ਇਹਦਾ ਭਾਈ ਨਹੀਂ ਸੀ, ਇਹ ਆਪ ਖੁਦ ਚਲਾ ਰਿਹਾ ਸੀ ਵੀ ਝੂਠ ਮਾਰ ਰਿਹਾ। ਫਿਰ ਇੱਕ ਸਾਡੇ ਕੋਲ ਐਵੀਡੈਂਸ ਆਈ, ਇਹਦੀ ਜਿਹੜੀ ਮਰਨ ਵਾਲਾ ਜਿਹੜਾ ਇਹਦਾ ਭਾਈ ਸੀ, ਉਹਦੀ ਸੱਸ ਨੇ ਦੱਸਿਆ ਵੀ ਜਦੋਂ ਸੈਕਿੰਡ ਟਾਈਮ ਇਹ ਫੇਰੀ ਲਾਉਣ ਗਏ ਸੀ, ਉੱਥੇ ਇਹਨੇ ਗੱਡੀ ਰੋਕ ਕੇ 15-20 ਮਿੰਟ ਉੱਥੇ ਰੈਕੀ ਕੀਤੀ ਵੀ ਕਿੱਦਾਂ ਉਹ ਇਸ ਤਰ੍ਹਾਂ ਕੁਛ ਕਾਫੀ ਜਿਹੜੀ ਐਵੀਡੈਂਸ ਇਹਦੇ ਅਗੇਂਸਟ ਆ ਗਈ। ਜਦੋਂ ਉਹ ਸ਼ੱਕ ਦੀ ਬਣਾ 'ਤੇ ਫਿਰ ਇਹਦੇ ਘਰ ਵਾਲਿਆਂ ਨੇ ਵੀ ਕੰਪਲੇਂਟ ਕੀਤੀ ਵੀ ਹਾਂ ਵੀ ਸਾਨੂੰ ਡਾਊਟ ਹੈ, ਤੁਸੀਂ ਇਹਦੀ ਪੜਤਾਲ ਕਰੋ। ਜਦੋਂ ਅਸੀਂ ਇਹਨੂੰ ਲਿਆ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਇਹ ਮੰਨ ਗਿਆ ਕਿ ਇਹਨੂੰ ਕਰੀਬ 2-1.5 ਮਹੀਨੇ ਪਹਿਲਾਂ ਘਰਦਿਆਂ ਨੇ ਇਹਨੂੰ ਕੁੱਟਿਆ ਸੀ, ਇਹਨਾਂ ਕੁੱਟਿਆ ਸੀ ਕਿ ਇਹਦੇ ਜਿਹੜੇ ਫੇਫੜਿਆਂ ਦੇ ਵਿੱਚ ਵੀ ਪਾਣੀ ਪੈ ਗਿਆ ਸੀਗਾ, ਉਹ ਕੁੱਟਦਾ ਇਹਨੇ ਬਦਲਾ ਲੈਣ ਲਈ ਅਤੇ ਆਪਦੇ ਜਿਹੜਾ ਘਰ ਸੀ ਇਹਦਾ ਉਹ ਘਰਵਾਲੀ ਇਹਨੂੰ ਛੱਡ ਕੇ ਤਰੀ ਗਈ ਸੀ, ਉਹ ਸ਼ਰੰਜਿਸ਼ ਆ ਕੇ ਇਹਨੇ ਪਰਿਵਾਰ ਜਿਹੜਾ ਉਹ ਖਤਮ ਕਰਤਾ। ਅਤੇ ਇਹਨੂੰ ਜਿਹੜਾ ਲੜਕੀ ਵਰਗੀ ਸੀ ਕੁਲਵਿੰਦਰ ਕੌਰ, ਉਹਦਾ ਬਾਪ ਹਰਬੰਸ ਸਿੰਘ ਪੱਕਾ ਚਿਸ਼ਤੀ ਦਾ, ਉਹਦੇ ਬਿਆਨ 'ਤੇ ਅਸੀਂ ਮੁਕਦਮਾ ਨੰਬਰ 123 ਜਿਹੜਾ ਅੰਡਰ ਸੈਕਸ਼ਨ 302 IPC ਇਹਦੇ ਬਲਵਿੰਦਰ ਸਿੰਘ ਦੇ ਵਰਕਲਾਪ ਦਰਜ ਕਰਕੇ ਕੱਲ੍ਹ ਇਹਨੂੰ ਗ੍ਰਿਫਤਾਰ ਕਰ ਲਿਆ। ਅੱਜ ਇਹਨੂੰ ਅਸੀਂ ਕੋਰਟ 'ਚ ਪੇਸ਼ ਕਰਕੇ ਹੋਰ ਰਿਮਾਂਡ ਲਵਾਂਗੇ। ਉੱਥੇ ਹੀ ਆਪਣੇ ਸਾਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਪਰਿਵਾਰਕ ਮੈਂਬਰਾਂ ਨੇ ਕਰੀਬ 1 ਮਹੀਨਾ ਪਹਿਲਾਂ ਉਸ ਨਾਲ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਸੀ, ਜਿਸ ਦੇ ਚੱਲਦਿਆਂ ਉਸਦੀ ਕਿਡਨੀ ਵੀ ਫੇਲ ਹੋ ਗਈ ਅਤੇ ਉਸਨੇ ਆਪਣੇ ਨਾਲ ਹੋਈ ਇਸ ਮਾਰਕੁਟਾਈ ਦੀ ਰੰਜਿਸ਼ ਮਨ ਵਿੱਚ ਰੱਖੀ ਹੋਈ ਅਤੇ ਉਹ ਤਕਰੀਬਨ 1 ਮਹੀਨੇ ਤੋਂ ਇਹ ਪਲਾਨ ਬਣਾ ਰਿਹਾ ਸੀ ਕਿ ਇਹਨਾਂ ਨੂੰ ਸਭ ਨੂੰ ਕਿਸ ਤਰ੍ਹਾਂ ਮੌਤ ਦੇ ਘਾਟ ਉਤਾਰਿਆ ਜਾਵੇ। ਉਸਨੇ ਦੱਸਿਆ ਕਿ ਉਹ ਖੁਦ ਕਾਰ ਚਲਾ ਰਿਹਾ ਸੀ ਅਤੇ ਉਸਨੇ ਕਾਰ ਨੂੰ ਨਹਿਰ ਵਿੱਚ ਸੁੱਟ ਦਿੱਤਾ ਅਤੇ ਖੁਦ ਪਾਣੀ ਵਿੱਚੋਂ ਤੈਰ ਕੇ ਬਾਹਰ ਆ ਗਿਆ ਸੀ, ਜਿਸ ਨਾਲ ਉਸਦੇ ਪਰਿਵਾਰ ਦੇ 7 ਜੀਅ ਪਾਣੀ ਵਿੱਚ ਦਮ ਘੁੱਟਣ ਨਾਲ ਮਾਰੇ ਗਏ। ਪਰ ਉਸਨੇ ਦੱਸਿਆ ਕਿ ਉਸਨੂੰ ਆਪਣੇ ਕਿੱਤੇ ਤੇ ਪਛਤਾਵਾ ਹੈ। ਘਰ ਲੜਾਈ ਹੋ ਗਈ ਸੀ, ਗੁੱਸੇ ਤੇ ਗੱਡੀ ਨਹਿਰ ਦੇ ਸਾਈਡ ਤੇ ਕੀ ਰੋਲਾ ਕੀ ਸੀਗਾ, ਕਿਉਂ ਲੜਾਈ? 2 ਮਹੀਨੇ ਪਹਿਲਾਂ ਮੈਨੂੰ ਕੁੱਟਿਆ ਸੀਗਾ ਇਹਨਾਂ ਨੇ, ਬਹੁਤ ਜ਼ਿਆਦਾ ਹੀ ਕੁੱਟਿਆ ਸੀਗਾ। ਕਿਉਂ ਕੁੱਟਦੇ ਸੀ ਤੈਨੂੰ? ਹਾਂਜੀ, ਕਿਉਂ ਕੁੱਟਦੇ? ਮੈਂ ਜੀ ਕਿਤੇ ਰਿਸ਼ਤੇਦਾਰਾਂ ਵਾਲੇ ਚਲਾ ਗਿਆ ਜੀ, ਉੱਥੇ 2-4 ਦਿਨ ਰਿਹਾ ਜੀ, 1-2 ਪੈਗ ਪੁੱਗ ਲਾ ਲਿਆ ਕਰਿਆ ਅਤੇ ਇਹਨਾਂ ਨੇ ਮੈਨੂੰ ਬਹੁਤ ਕੁੱਟਿਆ ਜੀ। ਸਕੇ ਪੁੱਤਰ ਨੂੰ ਵੀ ਸਿੱਟਦੇ ਨਾਲ? ਹਾਂਜੀ ਜੀ। ਕੌਣ ਕੌਣ ਸੀਗੇ ਮਰਨ ਵਾਲੇ ਅੱਜ ਤੁਹਾਡੇ? ਕੀ ਲੱਗਦਾ? ਬ੍ਰਦਰ ਸੀਗਾ, ਉਹਦੇ ਘਰ ਦੇ ਸੀਗੇ, ਉਹਦੇ ਬੱਚੇ, ਇੱਕ ਮਾਤਾ ਸੀਗੀ, ਇੱਕ ਮੇਰਾ ਲੜਕਾ ਸੀਗਾ। ਅਤੇ ਪੁੱਤਰ ਦੇ ਤਰਸ ਨਹੀਂ ਆਇਆ? ਤਰਸ ਤਾਂ ਆਇਆ ਸੀਗਾ, ਫਿਰ ਮੈਂ ਕਿਹਾ ਚੱਲ ਲਓ, ਪਹਿਲਾਂ ਮੈਂ ਸੋਚਿਆ ਸੀ ਕੁਝ ਨਹੀਂ ਕਰਨਾ ਇਹ ਜਿਹਾ, ਫਿਰ ਦਿਮਾਗ ਵੈਸੇ ਕੋਲ। ਕਦੋਂ ਦਾ ਪਲਾਨ ਬਣਾ ਰਿਹਾ ਸੀ ਤੂੰ ਇਹਨਾਂ ਨੂੰ ਮਾਰਨ ਦਾ? ਮਹੀਨਾ ਹੋ ਗਿਆ ਪਲਾਨ ਬਣਾ ਰਿਹਾ। ਸਾਰੇ ਪਰਿਵਾਰ ਨੂੰ ਇਕੱਠਾ ਕਿਵੇਂ ਕੀਤਾ?
ਉਹ ਅੱਛਾ ਡਿੱਕੀ ਰੱਬੋ ਹੀ ਚੱਲਿਆ ਸੀ। ਫਿਰ ਕਿਵੇਂ ਸੱਟੀ ਕਾਰ ਕਿਵੇਂ ਸੱਟੀ? ਸਟੇਰਿੰਗ ਘੁਮਾਤਾ ਇਹ ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।